आयुर्वेदिक मेडिसिन जेड़ी आ ओदी शुरुआत हुई सी जा खोज हुई सी केड़े देश ने कीती सी यूनान ने चाइना किता लगा ईस्टवुड सब कुछ ही वधिया हले घूमना हले पासे हले पहुंचे तो फोटो में खींची जांदे से घूमना सी पहला एंजॉयमेंट आ एवरीथिंग है ना व्यू भी वधिया है ना इथों दा सब तो वधिया की लगदा कुड़ियां केड़े देश च जे कोई जींस पौंदा आ ते ओनु सजा हो जांदी आ अरब कंट्री जे होगा मेरे साथ होना जापान अरब कंट्री दुबई चाइना एक सप दे मुंह दे विच किन्ने दंद हुंदे आ 70 80 होने चाहिए आ 400 4 2 2 2 वड्डे ने 2 छोटे ने मैं तां गिने नहीं ना मैं देखी बिना पानी पीते इंसान किन्ने दिन जिंदा रह सकदा आ 2 दिन 3 दिन 1 दिन 5 70 घंटे वा हां 14 दिन ਬਾਹਰ ਜਾਣਾ ਆ ਪਰ ਜਾ ਹੀ ਨਹੀਂ ਹੁੰਦਾ ਪਿਆ ਕਿਉਂ ਅਰੇ ਕਰਮ ਠੰਡੇ ਆ ਮੇਰੇ ਵੀ ਲੱਭਣੀ ਆਏ ਸਾਲੀ ਲੱਭਦੇ ਹੋ ਤੁਸੀਂ ਜੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਮੈਂ ਨੀਲਮ ਕੁਈਨ ਤੁਹਾਡਾ ਸਾਰਿਆਂ ਦਾ ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਅੱਜ ਅਸੀਂ ਈਸਟਵੁੱਡ ਵਿਲੇਜ ਪਹੁੰਚ ਚੁੱਕੇ ਹਾਂ ਹਵੇਲੀ ਤੋਂ ਅੱਗੇ ਫਗਵਾੜਾ ਰੋਡ ਦੇ ਉੱਤੇ ਲੈਫਟ ਸਾਈਡ ਤੇ ਹੀ ਉੱਤੇ ਹੀ ਆਉਂਦੀ ਹੈ ਇਹ ਤੇ ਤੁਸੀਂ ਸਾਰੇ ਵੀ ਇੱਥੇ ਵਿਜ਼ਿਟ ਕਰਿਓ ਅਸੀਂ ਸੋਚਿਆ ਕਿ ਇੱਥੇ ਜਾ ਕੇ ਵੀ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਸਵਾਲ ਪੁੱਛਦੇ ਹਾਂ ਦੇਖਦੇ ਕਿ ਕੌਣ ਮਜ਼ੇਦਾਰ ਜਵਾਬ ਦਿੰਦਾ ਆ ਮੇਰਾ ਪਹਿਲਾ ਸਵਾਲ ਤੁਹਾਨੂੰ ਸਾਰਿਆਂ ਨੂੰ ਵੀ ਪੁੱਛ ਲੈਣੀ ਆ ਮੇਰਾ ਸਵਾਲ ਹੈਗਾ ਜੀ ਕਿਹੜੇ ਦੇਸ਼ ਨੇ ਦੁਨੀਆ ਦੇ ਕਿਹੜੇ ਦੇਸ਼ ਨੇ ਆਯੁਰਵੈਦਿਕ ਦਵਾਈਆਂ ਦੀ ਖੋਜ ਕੀਤੀ ਸੀਗੀ ਜਾਂ ਪਹਿਲੀ ਵਾਰੀ ਕਿਹਨੇ ਦਵਾਈ ਬਣਾਈ ਸੀ ਕਿਹੜੇ ਦੇਸ਼ ਨੇ ਜੇ ਤੁਹਾਨੂੰ ਇਹਦਾ ਜਵਾਬ ਪਤਾ ਜੇ ਇਸ ਵੀਡੀਓ ਨੂੰ ਤੁਸੀਂ YouTube ਦੇ ਉੱਤੇ ਦੇਖ ਰਹੇ ਹੋ ਕਮੈਂਟ ਕਰਕੇ ਦੱਸਿਓ ਮੈਂ ਜਿਹੜੇ ਇੱਥੇ ਲੋਕ ਆਏ ਨੇ ਘੁੰਮਣ ਉਹਨਾਂ ਨੂੰ ਜਾ ਕੇ ਪੁੱਛਦੀ ਆ ਆਪਣੇ ਸਵਾਲ ਆ ਜਾਓ ਕਿੱਦਾਂ ਜੀ ਠੀਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਤੁਸੀਂ ਕਿੱਦਾਂ ਠੀਕ ਵਧੀਆ ਵਧੀਆ ਹਾਂਜੀ ਕਿੱਥੋਂ ਦੇ ਹੋ ਅਸੀਂ ਨੂਰਮਲ ਦੋਨੋਂ ਜਣੇ ਹਾਂਜੀ ਕੀ ਕਰਦੇ ਹੋ ਤੁਸੀਂ ਮੈਂ ਤੇ ਕੁਛ ਵੀ ਨਹੀਂ ਮੈਂ ਤਾਂ ਬਾਹਰੋਂ ਆਇਆ ਹਾਂ ਸਰੀ ਤੋਂ ਕਿੱਥੋਂ ਸਰੀ ਤੋਂ ਉੱਥੇ ਕੀ ਕਰਦੇ ਹੋ ਉੱਥੇ ਮੈਂ ਟੈਕਸੀ ਚਲਾਉਣਾ ਹੈ ਹਾਂਜੀ ਤੁਸੀਂ ਵੀ ਹੁਣ ਬਾਹਰ ਜਾਣਾ ਹਾਂਜੀ ਹਾਂਜੀ ਉੱਥੇ ਜਾ ਕੇ ਤਾਂ ਕਰਨਾ ਹੀ ਪੈਣਾ ਹਾਂ ਉੱਥੇ ਤਾਂ ਕਰਨਾ ਹੀ ਪੈਣਾ ਓਕੇ ਠੀਕ ਹੈ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਸਾਡੇ ਵਿਆਹ ਨੂੰ 1 ਇਅਰ 1 ਸਾਲ ਹੋ ਗਿਆ ਹਾਂਜੀ ਚਲੋ ਠੀਕ ਹੈ ਇੱਥੇ ਪਹਿਲੀ ਵਾਰ ਆਏ ਈਸਟਵੁੱਡ ਜਾਂ ਪਹਿਲਾਂ ਵੀ ਆਏ ਹੋ ਸੈਕਿੰਡ ਟਾਈਮ ਆਨਰ ਐਂਡ ਨਿਊ ਹਾਂਜੀ ਮੈਂ ਸੈਕਿੰਡ ਟਾਈਮ ਓਕੇ ਕੀ ਵਧੀਆ ਲੱਗਦਾ ਇੱਥੇ ਫੂਡ ਵੀ ਵਧੀਆ ਆ ਉਦਾਂ ਵੀ ਘੁੰਮਣ ਨੂੰ ਵੀ ਵਧੀਆ ਆ ਪਲੇਸ ਵਧੀਆ ਹਾਂ ਪਲੇਸ ਆ ਸਾਰੇ ਲੋਕੀ ਅਟਰੈਕਟ ਹੁੰਦੇ ਆਉਂਦੇ ਆ ਵਧੀਆ ਘੁੰਮਣ ਨੂੰ ਬਾਹਰ ਐਟਮੋਸਫੇਅਰ ਵਧੀਆ ਵਾ ਬਾਹਰ ਜੇ ਆਪਣੇ ਪਲੇਸ ਆ ਨਾਲੇ ਕੁਆਇਟ ਜਿਹਾ ਏਰੀਆ ਵਾ ਹਾਂ ਹਾਂ ਵੈਸੇ ਵੀ ਵਿਊ ਵੀ ਵਧੀਆ ਆ ਨਾ ਇੱਥੋਂ ਦਾ ਹਾਂ ਤਾਂ ਬਾਹਰ ਵਾਲੀ ਫੀਲਿੰਗ ਇੱਥੇ ਆ ਜਾਂਦੀ ਹਾਂ ਮੈਂ ਤਾਂ ਗਈ ਨਹੀਂ ਅਜੇ ਹੈ ਕਿ ਨਹੀਂ ਇਦਾਂ ਨਹੀਂ ਫਾ ਹੈਗਾ ਥੋੜਾ ਜਿਹਾ ਪੈਂਦਾ ਹਾਂ ਬਾਹਰ ਦੀ ਜ਼ਰੂਰ ਜੀ ਜ਼ਰੂਰ ਆਉਂਦੀ ਆ ਹੋਰ ਇੱਥੇ ਤੁਸੀਂ ਆਪਣੇ ਨਾਲ ਦੀ ਨੂੰ ਘੁਮਾਈ ਜਾਓ ਤਾਂ ਬਾਹਰ ਲੈ ਜਾਓ ਹੀ ਨਾ ਹਣਾ ਨਹੀਂ ਨਹੀਂ ਸਾਡਾ ਤਾਂ ਹੋਇਆ ਹੀ ਆ ਆਲਮੋਸਟ ਡਨ ਹੀ ਆ ਜੀ ਹਾਂਜੀ ਠੀਕ ਆ ਜੱਜੇ ਜਾਣਾ ਬਸ ਹਣਾ ਹਾਂ ਚਲੋ ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛਨੇ ਤੁਸੀਂ ਗੈਸ ਮਾਰਨੇ ਆ ਜੀਕੇ ਕਿੱਦਾਂ ਤੁਹਾਡੀ ਦੱਸ ਚੋ ਕਿੰਨੇ ਨੰਬਰ ਦੋਗੇ ਆਪਣੇ ਆਪ ਨੂੰ ਕਿੰਨੀ ਕ ਹੈਗੀ ਆ ਇਹ ਵਹੀ 3-4 ਕੀ ਦਿੰਦੇ ਉਧਰ 0 ਦਾ ਇਸ਼ਾਰਾ ਹੋਇਆ ਚਲੋ ਮੈਂ ਸਵਾਲ ਪੁੱਛਦੀ ਗੈਸ ਮਾਰ ਲਿਓ ਪੇਪਰ ਚ ਤਾਂ ਮਾਰੇ ਹੀ ਆ ਹਾਂਜੀ ਹਾਂਜੀ ਪੇਪਰ ਤੁੱਕੇ ਮਾਰੇ ਆ ਤੁੱਕੇ ਵੀ ਮਾਰੇ ਹੀ ਆ ਗੈਸ ਚਲੋ ਪਹਿਲਾ ਸਵਾਲ ਪੁੱਛਦੀ ਆ ਕਿਹੜੇ ਦੇਸ਼ ਦੇ ਵਿੱਚ ਆਯੁਰਵੈਦਿਕ ਮੈਡੀਸਿਨ ਜਿਹੜੀ ਆ ਉਹਦੀ ਸ਼ੁਰੂਆਤ ਹੋਈ ਸੀ ਜਾਂ ਖੋਜ ਹੋਈ ਸੀ ਕਿਹੜੇ ਦੇਸ਼ ਨੇ ਕੀਤੀ ਸੀ ਇਨੇ ਨੋ ਇੰਡੀਆ ਇੰਡੀਆ ਨਹੀਂ ਹੈਗਾ ਉਹਨਾਂ ਦਾ ਤੁਹਾਡਾ ਜਵਾਬ ਇੰਡੀਆ ਵਾ ਤੁਹਾਡਾ ਕੋਈ ਤਾਂ ਗੈਸ ਮਾਰੋ ਕਿ ਆਯੁਰਵੈਦਿਕ ਦਵਾਈਆਂ ਕਿਨੇ ਸ਼ੁਰੂ ਕੀਤੀਆਂ ਹੋਣਗੀਆਂ ਟਿਕ ਟਿਕ ਵਨ ਚਾਈਨਾ 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 ਤੇ ਤਰ ਇੰਡੀਆ ਚਲੋ ਅਗਲਾ ਕਿਹੜੇ ਦੇਸ਼ 'ਚ ਜੇ ਕੋਈ ਜੀਨਸ ਪਾਉਂਦਾ ਆ ਤੇ ਉਹਨੂੰ ਸਜ਼ਾ ਹੋ ਜਾਂਦੀ ਆ ਅਰਬ ਕੰਟਰੀ ਦੁਬਈ ਅਰਬ ਕੰਟਰੀ ਤੁਹਾਡੇ ਦੋਨਾਂ ਦਾ ਸੇਮ ਹਾਂਜੀ ਓਕੇ ਨੈਕਸਟ ਇੱਕ ਸੱਪ ਦੇ ਮੂੰਹ ਦੇ ਵਿੱਚ ਕਿੰਨੇ ਦੰਦ ਹੁੰਦੇ ਆ 200 300 400 ਜਾਂ 500 200 400 400 ਚਲੋ ਲਾਸਟ ਪੁੱਛਦੀ ਆ ਬਿਨਾ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਜਿੰਦਾ ਰਹਿ ਸਕਦਾ ਆ ਤੁਸੀਂ ਦਵੋਗੇ ਸਾਨੂੰ ਹਿੰਟ ਕਿ ਉਦਾਂ ਹੀ ਅੱਛਾ ਆਪਸ਼ਨ ਦੇ ਦਿੰਨੀ ਆ 2 ਸਾਲ 2 2 ਦਿਨ 5 ਦਿਨ 7 ਦਿਨ ਜਾਂ 12 ਦਿਨ 2 ਦਿਨ 2 ਦਿਨ ਹਾਂ 2 ਦਿਨ ਓਕੇ ਚਾਰ ਹੀ ਸਵਾਲ ਸੀ ਕਿੰਨੇ ਲੱਗਦੇ ਜਵਾਬ ਜਾਂ ਤੁੱਕੇ ਸਹੀ ਮਾਰੇ ਇਹ ਇੱਕ ਇੱਕ ਸਹੀ ਹੋਗਾ ਦੋ ਕੇ ਸਹੀ ਹੋਣੇ ਦੋ ਸਹੀ ਹੋ ਗਏ ਇੱਕ ਬੰਦਾ ਤਾਂ ਇੱਧਰ ਖੜ ਗਿਆ ਨਾਲ ਤੁਹਾਡੇ ਉਹ ਖੜਿਆ ਨਹੀਂ ਦੇਖ ਲਓ ਮੈਂ ਨਾ ਖੜਦੇ ਘਾਟਿਆ ਭਾਈ ਦਿੰਨੇ ਨਹੀਂ ਤੁਸੀਂ ਖੜੇ ਰਹੋ ਬਹੁਤ ਧੰਨਵਾਦ ਠੀਕ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਦੱਸੋ ਜੀ ਕਿੱਥੋਂ ਦੇ ਹੋ ਆਪਣਾ ਪਿੰਡ ਜੀ ਕੋਟ ਬਾਦਲ ਖਾਂ ਇਹ ਕਿੱਧਰ ਪੈਂਦਾ ਨੀਅਰ ਨੂਰਮਹਿਲ ਨੂਰਮਹਿਲ ਦੇ ਲੱਗੇ ਇੱਧਰ ਵੈਸੇ ਘੁੰਮਣ ਫਿਰ ਨਹੀਂ ਆਏ ਹੋ ਮੈਂ ਹਾਂਜੀ ਵੀਰ ਭਾਬੀ ਹੁਣ ਆਇਆ ਸੀ ਪਰ ਇਹ ਫਿਲਹਾਲ ਛੱਡ ਕੇ ਭੱਜ ਗਏ ਆ ਮੈਨੂੰ ਦੇਖ ਕੇ ਤੁਹਾਡੇ ਨਾਲ ਨਹੀਂ ਖੜੇ ਹਨਾ ਉਹ ਵੀ ਇੱਕ ਉਹ ਵੀ ਵੀਰ ਭੱਜ ਗਏ ਆ
ਮਾੜੀ ਗੱਲ ਇਹਨਾਂ ਦੀ। ਓਕੇ ਕੀ ਕਰਦੇ ਹੋ ਤੁਸੀਂ? ਮੈਂ ਹੀ ਫਿਲਹਾਲ ਫ੍ਰੀ ਹਾਂ। ਬਾਹਰ ਜਾਣਾ? ਬਾਹਰ ਜਾਣਾ ਆ ਪਰ ਸੋਚਣਾ ਪਰ ਜਾ ਹੀ ਨਹੀਂ ਹੁੰਦਾ ਪਿਆ। ਕਿਉਂ? ਪਰ ਕਰਮ ਠੰਡੇ ਆ ਮੇਰੇ। ਆਇਲਸ ਕੀਤੀ ਆ? ਨਹੀਂ ਆਇਲਸ ਨਹੀਂ ਕੀਤੀ। ਕੁੜੀ ਲੱਭਣੀ ਆਇਲਸ ਵਾਲੀ? ਲੱਭਦੇ ਹੋ ਤੁਸੀਂ ਜੇ ਹੈਗੀ ਤਾਂ। ਤੁਸੀਂ ਕਹਿੰਦੇ ਲੱਭਣੀ ਆ। ਨਾਲੋਂ ਭਰਜਾਈ ਨੂੰ ਕਹਿਣਾ ਸੀ ਨਾ। ਭਰਜਾਈ ਦਾ ਦੇਖਦੀ ਫਿਰਦੀ ਪਰ ਮੇਰੇ ਕੋਈ ਲਾਗੇ ਲੱਭਦੀ ਨਹੀਂ ਪਈ। ਛੋਟੀਆਂ ਛੋਟੀਆਂ ਕੁੜੀਆਂ ਬਹੁਤ ਆ ਨਾ ਤਾਂ ਕਰਕੇ। ਫਿਰ ਕੀ ਆ, ਛੋਟੀਆਂ ਕਿਊਟ ਹੁੰਦੀਆਂ? ਨਹੀਂ ਕਿਊਟ ਤਾਂ ਹੁੰਦੀਆਂ ਪਰ ਥੋੜਾ ਜਿਹਾ ਨਾਲ ਵੀ ਖੜਦੀ ਸੋਹਣੀ ਲੱਗੇ ਹਨਾ, ਇਹੀ ਫਾਇਦਾ ਆ। ਤੁਸੀਂ ਬ੍ਰੇਕ ਲਾ ਲੈਂਦੇ? ਬ੍ਰੇਕ ਇੱਥੇ ਇੱਕ ਲੱਗੀ ਆ ਉਦਾਂ ਇੰਨੀ ਜਿਹਾ ਜਿਹਾ। ਚਲੋ ਠੀਕ ਆ, ਮੈਂ ਨਾ ਤੁਹਾਨੂੰ ਕੁਛ ਕੁ ਸਵਾਲ ਪੁੱਛਣੇ ਆ, ਤੁਸੀਂ ਗੈਸ ਮਾਰਨੇ ਆ। ਗੈਸ ਨਹੀਂ, ਆਪਾਂ ਸਹੀ ਆਨਸਰ ਹੀ ਦੇਣਾ। ਸਹੀ ਆਨਸਰ ਦੋ। ਹਾਂਜੀ ਹਾਂਜੀ। ਜਨਰਲ ਨੌਲੇਜ ਕਿੱਦਾਂ ਆ? ਜਨਰਲ ਨੌਲੇਜ ਬਹੁਤ ਵਧੀਆ ਹੈ ਜੀ। ਦੱਸ ਚੋ ਕਿੰਨੇ ਨੰਬਰ ਦੋਗੇ ਆਪਣੇ ਆਪ ਨੂੰ? 10 ਹੀ ਦੇਵਾਂ, ਹੁਣ 0 ਥੋੜੀ ਦੇਵਾਂ ਮੈਂ ਆਪਣੇ ਆਪ ਨੂੰ। 10 ਤੋਂ 10। ਪਹਿਲਾ ਸਵਾਲ, ਕਿਹੜੇ ਦੇਸ਼ ਨੇ ਆਯੁਰਵੈਦਿਕ ਦਵਾਈਆਂ ਦੀ ਖੋਜ ਕੀਤੀ ਸੀ? ਜੁਨਾਨ ਨੇ। ਜੁਨਾਨ ਫਾਈਨਲ ਹੈ? ਹਾਂ ਫਾਈਨਲ। ਨਾਲ ਹੀ ਪੈਂਦੇ ਸੱਟੇ ਜਵਾਬ ਆ ਗਿਆ ਹੈ। ਜੁਨਾਨ ਫਾਈਨਲ, ਕੋਈ ਚੇਂਜ ਨਹੀਂ? ਨਹੀਂ ਕੋਈ ਚੇਂਜ। ਲੌਕ? ਹਾਂ ਲੌਕ। ਜੁਨਾਨੀ ਸ਼ੁਰੂ ਤੋਂ ਇਹ ਮਸ਼ਹੂਰ ਆ ਮੈਡੀਸਨ। ਓਕੇ ਨੈਕਸਟ, ਕਿਹੜੇ ਦੇਸ਼ 'ਚ ਜੇ ਕੋਈ ਜੀਨਸ ਪਾਉਂਦਾ ਆ ਤੇ ਉਹਨੂੰ ਸਜ਼ਾ ਹੋ ਜਾਂਦੀ ਆ? ਅਰਬ ਕੰਟਰੀ 'ਚ ਹੋਊਗਾ ਮੇਰੇ ਹਿਸਾਬ ਨਾਲ। ਓਕੇ ਇਹ ਫਾਈਨਲ ਹੈ? ਹਾਂਜੀ। ਨੈਕਸਟ, ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ? ਕੋਰੀਆ ਚੇਂਜ 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 ਪਿੱਛੋਂ ਪਰਚੀ ਆਈ? ਨਹੀਂ ਪਰਚੀ ਨਹੀਂ ਆਈ, ਪਰਚੀਆਂ ਚਲਾਈਆਂ ਨੇ ਸ਼ੁਰੂ ਤੋਂ ਜੀ। ਨਹੀਂ ਫਿਰ ਕੀ ਆਨਸਰ ਆ? ਹਾਂ ਕੋਰੀਆ। ਕੋਰੀਆ। ਓਕੇ ਨੈਕਸਟ, ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ? ਉਹਨਾਂ ਨੇ ਦੇਖਣਾ, ਉਧਰ ਮੂੰਹ ਗੱਲ ਹੋ। ਦੰਦ ਜੀ ਵੈਸੇ ਤਾਂ ਹੁਣੇ ਹੀ ਆ 70-80 ਦੇ ਹੋਣੇ ਚਾਹੀਦੇ ਆ। ਆਪਸ਼ਨ ਦਵਾਂ? 200, 300, 400 ਜਾਂ 500? 200 ਫਾਈਨਲ ਹੈ? ਓਕੇ ਲਾਸਟ, ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ? 3 ਦਿਨ ਫਾਈਨਲ ਹੈ? ਹਾਂਜੀ। ਓਕੇ 4 ਹੀ ਸੀ? 7 ਦਿਨ। ਉਧਰ ਪਿੱਛੇ ਪਰਚੇ 3-7। ਇਹ ਫਾਈਨਲ ਹੈ? ਹਾਂਜੀ 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 ਬਿਲਕੁਲ। ਕਿੰਨੇ ਜਵਾਬ ਸਹੀ ਲੱਗਦੇ ਪਰਚੀਆਂ ਵਾਲੇ ਪਾ ਕੇ ਪਿੱਛੇ? ਪਰਚੀਆਂ ਪਾ ਕੇ ਸਾਰੇ ਸਿੱਕਲੇ ਪਰਚੀਆਂ ਵਾਲੇ ਕਰੀ ਫੇਲ ਹੁੰਦੇ ਦੇਖੇ ਤੁਸੀਂ? ਮਤਲਬ ਓਕੇ 4 ਤੇ 4 ਤਾਂ ਲੱਗਦੇ ਸਹੀ ਆ। ਕਿੱਦਾਂ ਜੀ, ਠੀਕ ਹੋ? ਵਧੀਆ। ਕਿੱਥੋਂ ਦੇ ਹੋ? ਪਠਾਨਕੋਟ। ਪਠਾਨਕੋਟ ਤੋਂ। ਕੀ ਹਾਲ ਜੀ, ਠੀਕ ਹੋ? ਹਾਂਜੀ। ਕਿਹੜੀ ਕਲਾਸ ਚੋਂ? 8th। ਤੁਸੀਂ? 5th। 5th ਜੀ। ਇੱਥੇ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਏ ਹੋ? ਪਹਿਲੀ ਵਾਰ ਆਏ। ਕਿੱਦਾਂ ਲੱਗਾ ਈਸਟਵੁੱਡ? ਹਾਲੇ ਦੇਖਣ ਦੇ ਆਏ ਹੋ, ਫਿਰ ਵੀ ਵਾਈਬ ਤਾਂ ਆਉਂਦੀ ਆ। ਬਹੁਤ ਵਧੀਆ ਲੱਗਾ। ਬਹੁਤ ਵਧੀਆ ਲੱਗਾ। ਸਭ ਤੋਂ ਵਧੀਆ ਕੀ ਲੱਗਾ? ਬੈਕਗ੍ਰਾਉਂਡ ਵਧੀਆ ਲੱਗਾ। ਬੈਕਗ੍ਰਾਉਂਡ ਵਧੀਆ ਲੱਗਾ। ਤੁਹਾਨੂੰ ਕੀ ਵਧੀਆ ਲੱਗਾ ਇੱਥੇ? ਸਭ ਕੁਝ ਹੀ ਵਧੀਆ। ਸਭ ਕੁਝ ਤੁਹਾਨੂੰ? ਰੈਸਟੋਰੈਂਟ। ਰੈਸਟੋਰੈਂਟ ਵਧੀਆ ਲੱਗਿਆ। ਓਕੇ, ਮੈਂ ਨਾ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ, ਤੁਸੀਂ ਗੈਸ ਮਾਰਨੇ ਆ। ਜਨਰਲ ਨੌਲੇਜ ਕਿੱਦਾਂ? ਠੀਕ ਆ? ਮੇਰੀ ਤੁਹਾਡੀ ਕਿੱਦਾਂ? ਨਾਲੇ ਕਹਿੰਦੇ ਵਧੀਆ ਤਕਸ। ਚਲੋ ਮੈਂ ਕੁਝ ਕੁ ਸਵਾਲ ਪੁੱਛਦੀ, ਤੁਸੀਂ ਗੈਸ ਮਾਰਿਓ। ਆਯੁਰਵੈਦਿਕ ਦਵਾਈਆਂ ਦੀ ਖੋਜ ਕਿਹੜੇ ਦੇਸ਼ ਨੇ ਕੀਤੀ ਸੀ? ਗੈਸ ਮਾਰੋ। ਇੰਡੀਆ ਨੇ ਕੀਤੀ ਵੈਸੇ? ਇੰਡੀਆ। 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 ਓਕੇ ਨੈਕਸਟ, ਕਿਹੜੇ ਦੇਸ਼ ਦੇ ਵਿੱਚ ਜਦੋਂ ਕੋਈ ਜੀਨਸ ਪਾਉਂਦਾ ਆ ਤੇ ਉਹਨੂੰ ਸਜ਼ਾ ਹੋ ਜਾਂਦੀ ਆ? ਕੋਰੀਆ। ਸਾਊਥ ਕੋਰੀਆ। ਸਾਊਥ। ਹਾਂ ਫਾਈਨ। ਓਕੇ ਨੈਕਸਟ, ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ? ਦੋ। ਚਾਰ। 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 ਓਕੇ ਲਾਸਟ ਪੁੱਛਦੀ ਆ, ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ ਆ? ਇੱਕ ਦਿਨ। ਇੱਕ ਦਿਨ। ਨਹੀਂ ਮੈਂ ਆਪਣੀ ਗੱਲ ਕਰਨੀ। 4 ਦਿਨ ਰਹੇ ਓਕੇ। 4 ਹੀ ਸਵਾਲ ਸੀ, ਕਿੰਨੇ ਲੱਗਦਾ ਕਿ ਤੁਸੀਂ ਜਵਾਬ ਸਹੀ ਦਿੱਤੇ ਆ? ਮੈਂ ਕਿੰਨੇ ਸਹੀ? ਸਾਊਥ ਕੋਰੀਆ ਵਾਲਾ ਔਰ ਪਹਿਲੇ ਵਾਲਾ, ਦੂਸਰੇ ਵਾਲਾ, ਤੀਸਰੇ ਵਾਲਾ। 3 ਸਹੀ ਦਿੱਤੇ ਤੁਸੀਂ? 3। 3 ਮੇਰਾ ਇੱਕ ਅੱਧਾ ਹੋਣਾ। ਠੀਕ। ਕਿੱਦਾਂ ਜੀ, ਠੀਕ ਹੋ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ। ਕਿੱਥੋਂ ਦੇ ਹੋ? ਅਸੀਂ ਲੁਧਿਆਣੇ ਦੇ। ਤੁਸੀਂ? ਲੁਧਿਆਣੇ ਤੋਂ। ਲੁਧਿਆਣੇ ਦਾ ਜੀ। ਕੀ ਕਰਦੇ ਹੋ? ਅਸੀਂ ਹਲੇ ਤਾਂ ਐਸ਼ ਕਰਦੇ ਆ। ਕੰਮ ਕਰ ਨਹੀਂ ਕਰਦੇ? ਕੰਮ ਕਰ ਬਸ ਕਰਾਂਗਾ, ਹਲੇ ਸਟੱਡੀ ਕਰਦੇ ਆ ਪਲੱਸ 2। ਓਕੇ ਤੁਸੀਂ? ਵਿਹਲੇ। ਵਿਹਲੇ? ਨਹੀਂ ਮੈਂ ਤਾਂ ਕੰਮ ਕਰ ਵਾਲਾ ਬੰਦਾ ਆ, ਮੈਂ ਇੰਜੀਨੀਅਰ ਆ। ਘੁੰਮਣਾ
ਹਲੇ ਘੁੰਮਣਾ ਹਲੇ ਤਾਂ ਅਸੀਂ ਹਲੇ ਪਹੁੰਚੇ ਤੁਸੀਂ ਤਾਂ ਫੋਟੋ ਮੈਂ ਖਿੱਚ ਜਾਂਦੇ ਸੀ ਘੁੰਮਣਾ ਸੀ ਪਹਿਲਾਂ ਘੁੰਮਾਂਗੇ ਹੁਣ ਨਾਈਟ ਵੀ ਵਧੀਆ ਹੁੰਦਾ ਨਾ ਰਾਤ ਨੂੰ ਖਿੱਚਣੀ ਹੈ ਕੋਈ ਨਾ ਹਲੇ ਤਾਂ ਇੱਥੇ ਹੀ ਨੇ ਵਧੀਆ ਹੈਗੇ ਚਲੋ ਮੈਂ ਨਾ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ ਆ ਤੁਸੀਂ ਗੈਸ ਮਾਰਨੇ ਆ ਜੀ ਕੇ ਜਨਰਲ ਨੋਲੇਜ ਜੇ ਤੁਸੀਂ ਆਪਣੇ ਆਪ ਨੂੰ ਨੰਬਰ ਦੇਣੇ ਹੁਣ ਇੰਨੀ ਕੁ ਹੈਗੀ ਆ ਕਿੰਨੇ ਦੋਗੇ ਦੋ ਜਾਂ ਤਿੰਨ ਦੋ ਤਿੰਨ ਦੋ ਤਿੰਨ ਨਹੀਂ ਚਲੋ ਪਹਿਲਾ ਸਵਾਲ ਪੁੱਛਦੀ ਆ ਤੁੱਕੇ ਮਾਰ ਲਿਓ ਕਿਹੜੇ ਦੇਸ਼ ਨੇ ਆਯੁਰਵੈਦਿਕ ਦਵਾਈਆਂ ਦੀ ਖੋਜ ਕੀਤੀ ਸੀ ਆਪਣੇ ਹੀ ਹੋਣਾ ਇੰਡੀਆ ਹੀ ਹੋਣਾ ਇੰਡੀਆ 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 ਤਾਂ ਨਹੀਂ ਹੋਊਗਾ ਮੇਬੀ ਹੋਣਾ ਤੁਹਾਡਾ ਜਵਾਬ ਇੰਡੀਆ ਬਿੱਲੇ ਹੋਈ ਨੇ ਬਿੱਲੇ ਆਪਾਂ ਹੀ ਬਿੱਲੇ ਤੁਸੀਂ ਕਾਦੀ ਖੋਜ ਕੀਤੀ ਤੁਸੀਂ ਵੀ ਵਿਹਲੇ ਹੀ ਹੋ ਵਿਹਲੇ ਹੀ ਹਾਂ ਦੱਸੋ ਹਾਂ ਇੰਡੀਆ ਹੋ ਸਕਦਾ ਜੇ ਦੋਨੇ ਜਣੇ ਕਹਿ ਰਹੇ ਮੈਨੂੰ ਤਾਂ ਨਾਲ ਬੰਨਣਾ ਹੀ ਪੈਣਾ ਇੰਡੀਆ ਫਾਈਨਲ ਹੈ ਤੁਹਾਡਾ ਓਕੇ ਅਗਲਾ ਕਿਹੜੇ ਦੇਸ਼ ਦੇ ਵਿੱਚ ਜਦੋਂ ਕੋਈ ਜੀਨਸ ਪਾਉਂਦਾ ਆ ਤੇ ਉਹਨੂੰ ਪਨਿਸ਼ਮੈਂਟ ਮਿਲ ਜਾਂਦੀ ਚਾਈਨਾ ਚਾਈਨਾ ਜਾਪਾਨ ਜਾਪਾਨ ਚਾਈਨਾ ਫਾਈਨਲ ਹੈ ਚਾਈਨਾ ਤੁੱਕਾ ਤੁੱਕਾ ਮੇਰਾ ਤਾਂ ਤੁੱਕਾ ਹੀ ਆ ਸਾਰਿਆਂ ਦੇ ਤੁੱਕੇ ਆ ਓਕੇ ਅਗਲਾ ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ ਦੋ ਦੋ ਪਤਾ ਨਹੀਂ ਮੈਨੂੰ ਚਾਰ ਹੁੰਦੇ ਚਾਰ ਪਤਾ ਨਹੀਂ ਹੁੰਦੇ ਆ ਤੁੱਕੇ ਮਾਰੇ ਹੁੰਦੇ ਆ ਓਏ ਦੋ ਨੇ ਦੋ ਦੋ ਵੱਡੇ ਹੁੰਦੇ ਦੋ ਛੋਟੇ ਹੁੰਦੇ ਵੱਡੇ ਹੁੰਦੇ ਦੋ ਛੋਟੇ ਹੁੰਦੇ ਲਾਸਟ ਪੁੱਛਦੀ ਆ ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਜ਼ਿੰਦਾ ਰਹਿ ਸਕਦਾ ਆ 14 ਦਿਨ ਓਕੇ ਫਾਈਨਲ ਹੈ ਫਾਈਨਲ ਆ ਕਿੰਨੇ ਲੱਗਦੇ ਸਹੀ ਜਵਾਬ ਦਿੱਤੇ ਜਾਂ ਤੁੱਕੇ ਮਾਰੇ ਸਾਰੇ ਤੁੱਕੇ ਮਾਰੇ ਨਹੀਂ ਫਿਰ ਵੀ ਕਿੰਨੇ ਲੱਗਦੇ ਸਹੀ ਜਵਾਬ ਦਿੱਤੇ ਆ ਸੰਤਾ ਬਾਰੇ ਤੁੱਕੇ ਹੀ ਮਾਰੇ ਸਾਰੇ ਤੁੱਕੇ ਕਿੰਨੇ ਲੱਗਦੇ ਸਹੀ ਮਾਰੇ ਦੋ ਕੁ ਸਹੀ ਹੋਣ ਮੇਰਾ ਤਾਂ ਇੱਕ ਹੀ ਲੱਗਦਾ 14 ਵਾਲਾ ਮੇਰਾ ਤਾਂ ਇੱਕੋ ਵੀ ਨਹੀਂ ਲੱਗਦਾ ਕਿੱਦਾਂ ਜੀ ਠੀਕ ਹੋ ਹਾਂਜੀ ਠੀਕ ਹੋ ਇਹ ਵੀ ਬੋਲਦੇ ਇਹਨੂੰ ਜੇ ਮੈਂ ਪੁੱਛਾਂ ਕਿੱਦਾਂ ਠੀਕ ਆ ਇਹਦਾ ਕੀ ਨਾਮ ਆ ਰਿਓ ਰਿਓ ਕਿੰਨੇ ਸਾਲ ਦਾ ਹੈ 6 ਮੰਥ ਦੇਖਦਾ ਉੱਪਰ ਨੂੰ ਕੀ ਕੌਣ ਆ ਗਿਆ ਕਿੱਥੋਂ ਦੇ ਹੋ ਤੁਸੀਂ ਨਵਾਂ ਸ਼ਹਿਰ ਇੱਧਰ ਈਸਟਵੁੱਡ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਆਏ ਹੋ ਸੈਕਿੰਡ ਟਾਈਮ ਕਿੱਦਾਂ ਦਾ ਲੱਗਦਾ ਈਸਟਵੁੱਡ ਅੱਛਾ ਲੱਗ ਰਿਹਾ ਸਭ ਤੋਂ ਵਧੀਆ ਕੀ ਲੱਗਦਾ ਮਤਲਬ ਇੰਜੋਇਮੈਂਟ ਆ ਐਵਰੀਥਿੰਗ ਹੈ ਨਾ ਦੇਖ ਰਹੇ ਹਾਂ ਸਭ ਕੁਝ ਸ਼ਾਪ ਵਗੈਰਾ ਅੱਛੀਆਂ ਖੁੱਲੀਆਂ ਨੇ ਹੈ ਨਾ ਸ਼ਾਪਿੰਗ ਖਾਣ ਪੀਣ ਦਾ ਸਭ ਕੁਝ ਇੱਕੋ ਜਗ੍ਹਾ ਤੇ ਹੈ ਨਾ ਜਿੱਦਾਂ ਲਾਈਕ ਸਬਵੇ ਹੋ ਗਿਆ ਮੈਕਡੋਨਲਡ ਹੋ ਗਿਆ ਨਾ ਐਦਾਂ ਸਭ ਕੁਝ ਤੁਸੀਂ ਕੀ ਕਰਦੇ ਹੋ ਮੈਂ ਹਾਊਸ ਵਾਈਫ ਆ ਇੱਥੇ ਇਕੱਲੇ ਆਏ ਹੋ ਕਿ ਰਿਓ ਨਾਲ ਹੀ ਸਿਰਫ ਨਹੀਂ ਮੈਂ ਐਕਚੁਅਲੀ ਬਾਹਰ ਆ ਸਬਵੇ ਮੇਰੇ ਹਸਬੈਂਡ ਐਂਡ ਮੇਰਾ ਬੇਟਾ ਆ ਤੇ ਉਹ ਆਰਡਰ ਕਰਨਗੇ ਓਕੇ ਮੈਂ ਨਾ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ ਆ ਤੁਸੀਂ ਜਵਾਬ ਦੇਣੇ ਜੇ ਜਵਾਬ ਨਹੀਂ ਵੀ ਆਏ ਗੈਸ ਮਾਰ ਲਿਓ ਹਨਾ ਤੁੱਕੇ ਤਾਂ ਮਾਰਦੇ ਹੀ ਆਪਾਂ ਮਾਰਦੇ ਆ ਚਲੋ ਪਹਿਲਾ ਸਵਾਲ ਹੈਗਾ ਜੀ ਕਿਹੜੇ ਦੇਸ਼ 'ਚ ਆਯੁਰਵੈਦਿਕ ਦਵਾਈਆਂ ਦੀ ਖੋਜ ਹੋਈ ਸੀ ਜਾਂ ਕਿਹੜੇ ਦੇਸ਼ ਨੇ ਖੋਜ ਕੀਤੀ ਸੀ ਆਪਸ਼ਨ ਨਹੀਂ ਕੋਈ ਆਪਸ਼ਨ ਹੈਗੀ ਜੀ ਭਾਰਤ ਚਾਈਨਾ ਜਾਪਾਨ ਜਾਂ ਅਮਰੀਕਾ ਆਈ ਥਿੰਕ ਭਾਰਤ ਹੀ ਹੈ ਫਾਈਨਲ ਹੈ ਹਾਂਜੀ ਨੈਕਸਟ ਕਿਹੜੇ ਦੇਸ਼ 'ਚ ਜੇ ਕੋਈ ਜੀਨਸ ਪਾਉਂਦਾ ਆ ਤੇ ਉਹਨੂੰ ਪਨਿਸ਼ਮੈਂਟ ਮਿਲਦੀ ਆ ਇੰਡੀਆ ਜਾਪਾਨ ਸਿੰਗਾਪੁਰ ਜਾਂ ਉੱਤਰੀ ਕੋਰੀਆ ਇੰਡੀਆ ਜਾਪਾਨ ਔਰ ਸੌਰੀ ਇੰਡੀਆ ਜਾਪਾਨ ਸਿੰਗਾਪੁਰ ਜਾਂ ਉੱਤਰੀ ਕੋਰੀਆ ਉੱਤਰੀ ਕੋਰੀਆ ਹੀ ਹੋਏਗਾ ਇੰਡੀਆ ਤਾਂ ਮੈਨੂੰ ਕੋਈ ਗੈਸ ਤੁੱਕਾ ਹੀ ਆ ਫਾਈਨਲ ਹੈ ਤੁੱਕਾ ਇੰਡੀਆ ਤਾਂ ਨਹੀਂ ਇੰਡੀਆ ਤਾਂ ਹਰ ਕੋਈ ਪਾਉਂਦਾ ਹੈ ਹਨਾ ਓਕੇ ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ ਮੈਂ ਤਾਂ ਗਿਣੇ ਨਹੀਂ ਨਾਵੇਂ ਦੇ ਤੁੱਕਾ ਹੀ ਮਾਰਨਾ ਹੈ ਕੋਈ ਆਪਸ਼ਨ ਨਹੀਂ 200 300 400 ਜਾਂ 500 200 ਹੀ ਹੋ ਗਏ ਇੰਨੇ ਤਾਂ ਨਹੀਂ ਜ਼ਿਆਦਾ ਹੋ ਗਏ ਹਨਾ ਮਤਲਬ ਇਹ ਵੀ ਤੁੱਕਾ ਫਾਈਨਲ ਹੀ ਹੈ ਲਾਸਟ ਪੁੱਛਦੀ ਆ ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਤੱਕ ਜ਼ਿੰਦਾ ਰਹਿ ਸਕਦਾ ਆ 2 5 7 ਜਾਂ 12 ਦਿਨ ਬਿਨਾਂ ਪਾਣੀ ਪੀਤੇ ਆਈ ਥਿੰਕ 12 ਦਿਨ ਇਹ ਤੁੱਕਾ ਫਾਈਨਲ ਹੈ ਫਾਈਨਲ ਹੀ ਹੈ 2 ਦਿਨ ਤੱਕ ਘੜ ਸਕਦਾ ਆ ਓਕੇ ਤੁੱਕਾ ਚੇਂਜ ਤਾਂ ਨਹੀਂ ਕਰਨਾ ਕੋਈ ਨਹੀਂ ਫਾਈਨਲ ਹੀ ਹੈ ਸਾਰੇ ਆਨਸਰ ਦੱਸਾਂ ਹੁਣ ਮੈਂ ਕਿੰਨੇ ਲੱਗਦੇ ਤੁੱਕੇ ਸਹੀ ਮਾਰੇ 2 ਕੀ ਲੱਗਦੇ ਮੈਨੂੰ ਕਿੱਥੋਂ ਦੇ ਹੋ ਮੈਂ ਕਪੂਰਥਲੇ ਤੋਂ ਕਪੂਰਥਲੇ ਤੋਂ ਤੁਸੀਂ ਕਪੂਰਥਲਾ ਕੀ ਕਰਦੇ ਹੋ ਖੇਤੀ ਫੋਨ ਬੜਾ ਵੱਜਦਾ ਤੁਹਾਡਾ ਸਾਇਲੈਂਟ ਤੇ ਲਾਓ ਇਹਨੂੰ ਡਿਸਟਰਬੈਂਸ ਕਰਦਾ ਆ ਕੀ ਕਰਦੇ ਖੇਤੀ ਤੁਸੀਂ ਮੈਂ ਪਲੰਬਰ ਆ ਪਲੰਬਰ ਹੂੰ ਠੀਕ ਹੈ ਜੀ ਈਸਟਵੁੱਡ ਪਹਿਲਾਂ ਵੀ ਆਏ ਹੋ ਕਿ ਪਹਿਲੀ ਵਾਰੀ ਆਏ ਹੋ ਪਹਿਲੀ ਵਾਰ ਆਏ ਕਿੱਦਾਂ ਦਾ ਲੱਗਿਆ ਠੀਕ ਆ ਸਭ ਤੋਂ ਵਧੀਆ ਕੀ ਲੱਗਾ ਕੁੜੀਆਂ ਓ ਕਾਫੀਆਂ ਸੌਰੀ ਪਹਿਲਾਂ ਜੋ ਵੀ ਬੋਲੀਦਾ ਉਹ ਸੱਚ ਨਿਕਲਦਾ ਹੁੰਦਾ ਮੂੰਹੋਂ ਤੇ ਮੈਂ ਕਿਹੜਾ ਮੈਂ ਕਹਿਆ ਝੂਠ ਕਿਹਾ ਕਾਫੀ ਕਾਫੀ ਸਵਾਦ ਸੀ ਤੁਹਾਨੂੰ ਕਾਫੀ ਕਾਫੀ ਕਿਹੜੀ ਮੈਂ ਲਾਤੇ ਫਲੈਟ ਵਾਈਟ ਹਾਂ ਹਾਂ ਤੇ ਵਨੀਲਾ ਹਾਂ ਨਾਮ ਰੱਟੇ ਆ ਨਾ ਕਿ ਜਾ ਕੇ ਦੱਸਨੇ ਪਹਿਲਾਂ ਕਿੱਥੇ ਇਹ ਨਾਮ ਆਉਂਦੇ ਹੁੰਦੇ ਸੀ ਮੈਨੂੰ ਸਾਰੇ ਪਤਾ ਜਿੰਨੇ ਮਰਜ਼ੀ ਪੁੱਛੋ
ਕਿਹੜੇ-ਕਿਹੜੇ ਹੁੰਦੀ? ਫਲੈਟ ਵਾਈਟ, ਕੈਪਾਚੀਨੋ, ਕੈਫੇ ਲਾਤੇ, ਕੈਫਾ ਮੋਕਾ, ਬਾਕੀ ਫਲੇਵਰ ਜਿਹੜੇ ਮਰਜ਼ੀ ਪਾਈ ਚਲੋ, ਐਸਪ੍ਰੈਸੋ। ਓਕੇ ਠੀਕ ਆ। ਮੈਂ ਨਾ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ, ਤੁਸੀਂ ਗੈਸ ਮਾਰਨੇ ਆ। ਜੀਕੇ ਚ ਆਪਣੇ ਆਪ ਨੂੰ ਦੱਸ ਚੋ ਕਿੰਨੇ ਨੰਬਰ ਦੋਗੇ ਕਿ ਇੰਨੀ ਕ ਹੈਗੀ ਆ? 7.5। ਜਨਰਲ ਨੋਲੇਜ 5 ਮਸੀਂ। ਪਹਿਲਾ ਸਵਾਲ ਆ, ਕਿਹੜੇ ਦੇਸ਼ ਨੇ, ਦੁਨੀਆ ਦੇ ਕਿਹੜੇ ਦੇਸ਼ ਨੇ ਆਯੁਰਵੈਦਿਕ ਦਵਾਈਆਂ ਦੀ ਖੋਜ ਕੀਤੀ ਸੀ? ਆਈ ਊਡ ਸੇ ਇੰਡੀਆ। ਇੰਡੀਆ, ਚਾਈਨਾ। ਚਾਈਨਾ ਫਾਈਨਲ ਹੈ? ਫਾਈਨਲ ਹੈ, ਫਾਈਨਲ। ਯਾ ਓਕੇ। ਨੈਕਸਟ ਹੈਗਾ ਜੀ, ਕਿਹੜੇ ਦੇਸ਼ ਚ ਜੀਨਸ ਪਾਉਣ ਤੇ ਪਾਬੰਦੀ ਆ, ਜੇ ਕੋਈ ਜੀਨਸ ਪਾਉਂਦਾ ਉਹਨੂੰ ਸਜ਼ਾ ਹੋ ਜਾਂਦੀ ਆ? ਪ੍ਰੋਬਬਲੀ ਮਿਡਲ ਈਸਟ ਸਮਵੇਅਰ। ਹਾਂ ਹਾਂ, ਇਜੀਪਟ ਵਗੈਰਾ ਹੋ ਸਕਦਾ। ਫਾਈਨਲ ਹੈ? ਫਾਈਨਲ ਹੈ, ਯਾ ਮੇਬੀ ਕੋਰੀਆ। ਇੱਕ ਦੱਸੋ। ਆ ਨੋ। ਓਕੇ, ਕੋਰੀਆ ਵੀ ਦੋ ਆ, ਸਾਊਥ ਨਾਰਥ। ਨਾਰਥ ਬਿਕੋਜ਼ ਇਟਸ ਡਿਕਟੇਟਰਸ਼ਿਪ ਰਾਈਟ, ਸੋ ਪ੍ਰੋਬਬਲੀ ਨਾਰਥ ਕੋਰੀਆ। ਫਾਈਨਲ ਹੈ? ਫਾਈਨਲ, ਯਾ। ਓਕੇ, ਨੈਕਸਟ, ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ? ਨੈਵਰ ਇਨਕਾਊਂਟਰ ਵਿਦ ਸਮ। ਫਿਰ ਵੀ ਤੁੱਕਾ ਤਾਂ ਮਾਰੋ। ਆਪਸ਼ਨ ਦਮਾ 132। ਓਕੇ, ਆਈ ਡੋਨਟ ਨੋ। ਤੁੱਕਾ ਤਾਂ ਮਾਰੋ। 4। ਓਕੇ, ਤੁਹਾਡੇ ਕਿੰਨੇ ਹੀ? 132 ਬਸ। ਹਾਂ ਓਕੇ, ਨੈਕਸਟ ਲਾਸਟ, ਬਿਨਾਂ ਪਾਣੀ ਪੀਤੇ, ਹਾਂ ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਤੱਕ ਜ਼ਿੰਦਾ ਰਹਿ ਸਕਦਾ ਆ? 7 ਕਿੰਨੇ ਲੱਗਦਾ ਕਿ ਤੁਸੀਂ ਜਵਾਬ ਸਹੀ ਦਿੱਤੇ? ਕੋਈ ਵੀ ਨਹੀਂ। ਪਹਿਲਾ ਸਵਾਲ ਸੀਗਾ ਕਿ ਆਯੁਰਵੈਦਿਕ ਦਵਾਈਆਂ ਦੀ ਖੋਜ ਕਿਹੜੇ ਦੇਸ਼ ਨੇ ਕੀਤੀ ਸੀ, ਉਹਦਾ ਜਵਾਬ ਆ ਜੀ ਭਾਰਤ। ਇੱਕ ਸਹੀ ਹੋ ਗਿਆ। ਤੁਸੀਂ ਵੀ ਇੰਡੀਆ ਬੋਲਿਆ ਸੀ? ਚਾਈਨਾ ਬੋਲਿਆ ਸੀ। ਫਿਰ ਮੈਂ ਪੁੱਛਿਆ ਸੀ ਕਿ ਕਿਹੜੇ ਦੇਸ਼ ਦੇ ਵਿੱਚ ਜੇ ਕੋਈ ਜੀਨਸ ਪਾਉਂਦਾ ਆ ਉਹਨੂੰ ਸਜ਼ਾ ਹੋ ਜਾਂਦੀ ਆ, ਤੁਸੀਂ ਬੋਲਿਆ ਸੀਗਾ ਜੀ ਉੱਤਰੀ ਕੋਰੀਆ, ਨਾਰਥ ਕੋਰੀਆ, ਤੇ ਤੁਸੀਂ ਬੋਲਿਆ ਸੀ, ਇਹਦਾ ਆਂਸਰ ਆ ਜੀ ਤੁਹਾਡੇ ਵਾਲਾ ਬਿਲਕੁਲ ਸਹੀ ਆ, ਨਾਰਥ ਕੋਰੀਆ। ਫਿਰ ਬੋਲਿਆ ਸੀਗਾ ਕਿ ਇੱਕ ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ ਆ, ਤੁਸੀਂ 132 ਬੋਲਿਆ ਸੀ, ਤੁਸੀਂ 4 ਬੋਲਿਆ ਸੀ, ਆਂਸਰ ਆ ਜੀ 200। ਲਾਸਟ ਪੁੱਛਿਆ ਸੀ ਬਿਨਾਂ ਪਾਣੀ ਕਰਦਾ ਕਿਹੜੇ ਜੀ ਕਿਹੜਾ ਨਸਲ ਹੈ ਨਾ ਸੱਪ ਦੀ, ਇਹ ਤੁਸੀਂ ਇੱਕ ਸਪੈਸੀਫਿਕ ਥੋੜਾ ਕਹਿ ਸਕਦੇ ਆ ਆ ਬਾਰੇ? ਕਿਤੇ ਪੜ ਕੇ ਉਹਨਾਂ ਨੇ ਇੱਥੇ ਲਿਖਿਆ ਸੀ ਇੱਕ ਸੱਪ ਦੇ ਮੂੰਹ 'ਚ, ਲਾਈਕ ਸੱਪ ਜਿਵੇਂ ਕੋਬਰਾ ਆ, ਰੈਪਟਲ ਸਨੇਕ ਹੈ, ਇਹ ਲਿਖਿਆ ਸੀ ਇੱਕ ਸੱਪ ਦੇ ਮੂੰਹ 'ਚ। ਡਿਪੈਂਡ ਕਰਦਾ ਫਿਰ ਕਿਹੜਾ ਸੱਪ ਤੁਸੀਂ ਦੇਖਿਆ, ਸੱਪ ਨਹੀਂ ਸਰਚ ਕੀਤਾ ਕੋਡੀਆਂ ਵਾਲਾ ਕਿ ਕੋਬਰਾ, ਉਹ ਤਾਂ ਡਿਪੈਂਡ ਹੈ ਨਾ ਕਿੰਨੀਆਂ ਨਾਲ। ਫਿਰ ਮੈਂ ਫੇਰ ਵੀ ਕਿਹੜਾ ਤੁਸੀਂ ਸਹੀ ਦੱਸਤਾ? ਕੀ ਉਹਦਾ ਮੇਰੇ ਨਾਲ ਸਹੀ ਹੋ, ਤੁਸੀਂ ਕਿਹੜੇ ਵਾਲੇ ਦਾ ਦੱਸਿਆ? ਮੈਂ ਐਨਾਕੋਂਡਾ ਦੱਸਿਆ ਹੂੰ ਜਿਹੜਾ, ਉਹ ਵਾਲੇ ਦੇ 132 ਸੀ। ਤੁਸੀਂ ਕਿਹੜੇ ਹੈ? ਤੁਸੀਂ ਕਿਹੜਾ ਗਿਣ ਕੇ ਤੁਸੀਂ ਸਰਚ ਕੀਤੀ ਆ? ਤੁਸੀਂ ਤੁੱਕਾ ਮਾਰੇ, ਮੈਂ ਤਾਂ ਪੜ ਕੇ ਆਈ ਹਾਂ। ਹੈ ਮੈਂ ਵੀ ਪੜਿਆ ਹੂੰ ਕਿਤੇ ਹੁਣ। ਓਕੇ, ਫਿਰ ਮੈਂ ਪੁੱਛਿਆ ਸੀਗਾ ਕਿ ਬਿਨਾਂ ਪਾਣੀ ਪੀਤੇ ਇਨਸਾਨ ਕਿੰਨੇ ਦਿਨ ਤੱਕ ਜ਼ਿੰਦਾ ਰਹਿ ਸਕਦਾ, ਤੁਸੀਂ ਬੋਲੇ 7-8 ਦਿਨ, ਤੁਸੀਂ ਬੋਲੇ ਸੀ 14। ਹਾਂ, ਇਹਦਾ ਆਂਸਰ ਹੈ ਜੀ 7 ਦਿਨ। ਸਹੀ ਹੈ, 3 ਸਹੀ ਹੋਏ ਤੁਹਾਡੇ। ਮੈਨੂੰ ਤਾਂ ਸਾਰੇ ਸਹੀ ਲੱਗਦੇ, ਉਹ ਇੱਕ ਦੰਦਾ ਵਾਲਾ ਹੀ ਆ ਸੱਪ ਵਾਲਾ, ਤੁਸੀਂ ਹੁਣ ਮੈਨੂੰ ਕਹਿੰਦਾ ਕਿਹੜਾ ਸੱਪ ਲੱਭ ਕੇ ਲਿਆਂਦਾ, ਹੁਣ ਜਿਹੜਾ ਮੈਂ ਦੇਖਿਆ ਹੋਊਗਾ ਸੱਪ ਉਹਦੇ ਤਾਂ ਇੰਨੇ ਹੀ। ਅੱਛਾ ਠੀਕ ਆ, ਚਲੋ, ਪਰ ਮੈਨੂੰ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਸੋ ਪ੍ਰਾਈਮ ਵਿਊਜ਼ ਪ੍ਰੋਗਰਾਮ ਤੁਸੀਂ ਦੇਖ ਰਹੇ ਸੀ, ਈਸਟਵੁੱਡ ਵਿਲੇਜ ਅਸੀਂ ਆਏ ਹੋਏ ਸੀ, ਫਗਵਾੜਾ ਰੋਡ ਤੇ ਉੱਤੇ ਪੈਂਦਾ, ਕਾਫੀ ਰਸ਼ ਹੁੰਦਾ, ਜਿਹੜੇ ਲੋਕ ਇੱਥੇ ਘੁੰਮਣ ਆਏ ਉਹਨਾਂ ਨੂੰ ਹੁੰਦਾ ਕਿ ਬਾਹਰਲਾ ਮਾਹੌਲ ਲੱਗਦਾ ਆ, ਵਾਕਈ ਦੇ ਵਿੱਚ ਵਾਈਬ ਇੱਥੇ ਦੀ ਬਹੁਤ ਹੀ ਸੋਹਣੀ ਆ, ਤੁਸੀਂ ਵੀ ਜ਼ਰੂਰ ਵਿਜ਼ਿਟ ਕਰਿਓ ਜਿੱਦਲੇ ਰੋਡ ਤੇ ਆਏ ਹੋ ਜਾਂ ਕਿਤੇ ਤੁਸੀਂ ਵਧੀਆ ਜਗ੍ਹਾ ਜਾਣਾ ਚਾਹੁੰਦੇ ਹੋ। ਬਾਕੀ ਅੱਜ ਦੇ ਸਵਾਲ ਮੈਂ ਲੋਕਾਂ ਨੂੰ ਪੁੱਛ ਲਏ ਆ, ਤੇ ਜੇ ਤੁਹਾਨੂੰ ਜਵਾਬ ਕਾਲੇ ਆਏ, ਜੇ ਵੀਡੀਓ ਨੂੰ ਤੁਸੀਂ ਯੂਟਿਊਬ ਦੇ ਉੱਤੇ ਦੇਖ ਰਹੇ ਹੋ ਕਮੈਂਟ ਕਰਕੇ ਦੱਸਿਓ ਆਪਣੇ ਜਵਾਬ, ਜੇ ਪ੍ਰੋਗਰਾਮ ਵਧੀਆ ਲੱਗਿਆ ਉਹਨੂੰ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੋਈ ਨੂੰ ਦਿਓ ਇਜਾਜ਼ਤ, ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।